ਲੋਕ ਸਭਾ ਚੋਣਾਂ ਦੀ ਗਿਣਤੀ ਅੱਜ ਸ਼ੁਰੂ ਹੋਣ ਜਾ ਰਹੀ ਹੈ। ਪੂਰੇ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਜਗ੍ਹਾਵਾਂ ਦੇ ਉੱਤੇ ਲੋਕ ਸਭਾ ਚੋਣਾਂ ਦੀ ਗਿਣਤੀ ਹੋ ਰਹੀ ਹੈ। ਜੇ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੀ, ਤਾਂ ਅੰਮ੍ਰਿਤਸਰ ਦੇ ਵਿੱਚ ਵੀ ਇਹ ਪ੍ਰੋਸੈਸ ਅੱਜ ਤੋਂ ਸ਼ੁਰੂ, ਹੁਣੇ ਤੋਂ ਸ਼ੁਰੂ ਹੋ ਜਾਏਗਾ। ਔਰ ਇਸ ਦੇ ਲਈ 8 ਜਗ੍ਹਾ ਸੁਨਿਸ਼ਚਿਤ ਕੀਤੀਆਂ ਗਈਆਂ ਨੇ, ਜਿੱਥੇ ਹਲਕਾ 9 ਹਲਕਿਆਂ ਦੀ ਵੋਟਾਂ ਦੀ ਗਿਣਤੀ ਇਕੱਠੀ ਸ਼ੁਰੂ ਹੋਏਗੀ। ਸੋ ਇਹ 8 ਵਜੇ ਤੋਂ ਸ਼ੁਰੂ ਹੋ ਜਾਏਗੀ ਔਰ 9 ਵਜੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਸੋ ਇਸ ਵੇਲੇ ਅਸੀਂ ਸਰੂਪ ਰਾਣੀ ਸਰਕਾਰੀ ਮੈਡੀਕਲ ਕਾਲਜ ਦੇ ਬਾਹਰ, ਸਰੂਪ ਰਾਣੀ ਸਰਕਾਰੀ ਕਾਲਜ ਦੇ ਬਾਹਰ ਖੜ੍ਹੇ ਹਾਂ, ਇਹਦੇ ਅੰਦਰ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵਾਲੀ ਹੈ ਔਰ ਕੁਛ ਹੀ ਦੇਰ ਬਾਅਦ ਇਹ ਗਿਣਤੀ ਸ਼ੁਰੂ ਹੋ ਜਾਏਗੀ। ਪੁਲਿਸ ਪ੍ਰਸ਼ਾਸਨ ਵੱਲੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਇੰਤਜ਼ਾਮਾਤ ਕੀਤੇ ਗਏ ਨੇ। ਅੰਦਰ 14 ਟੇਬਲ ਲਗਾਏ ਗਏ ਨੇ, 14 ਟੇਬਲ ਦੇ ਉੱਤੇ ਜਿਹੜੀਆਂ EVM ਮਸ਼ੀਨਾਂ ਹੈਗੀਆਂ ਨੇ ਉਹਨਾਂ ਨੂੰ ਰੱਖਿਆ ਜਾਏਗਾ ਔਰ ਸਮੇਂ ਸਿਰ ਉਹਨਾਂ ਦੇ ਪਹਿਲੇ ਮਸ਼ੀਨ ਦੀ ਗਿਣਤੀ ਹੋਏਗੀ ਔਰ ਦੂਜੇ ਗੇਟ ਦੀ ਗਿਣਤੀ ਹੋਏਗੀ। ਸੋ ਇਹ ਸਾਰੇ 17 ਗੇਟ ਹੋਣਗੇ, ਜਿਹਦਾ ਕਿ 12 ਵਜੇ ਤਕਰੀਬਨ ਇਹ ਸਾਫ਼ ਹੋ ਜਾਏਗਾ ਕਿ ਕਿਸ ਦੇ ਹੱਕ ਦੇ ਵਿੱਚ ਫਤਵਾ ਜਾ ਰਿਹਾ ਹੈ ਔਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਕਲੀਅਰ ਹੋ ਜਾਏਗਾ ਕਿ ਕਿਸ ਉਮੀਦਵਾਰ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਹੈ। ਸੋ ਇਹ ਪ੍ਰੋਸੈਸ ਕੁਛ ਹੀ ਦੇਰ 'ਚ ਸ਼ੁਰੂ ਹੋ ਜਾਏਗਾ। ਸਰਕਾਰੀ ਕਾਲਜ ਦੇ ਬਾਹਰ ਅਸੀਂ ਖੜ੍ਹੇ ਹਾਂ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਕਿ ਇਸ ਕਾਲਜ ਦੇ ਅੰਦਰ ਜਿਹੜਾ ਇੱਕ ਹਲਕੇ ਦੀ ਗਿਣਤੀ ਸ਼ੁਰੂ ਹੋਏਗੀ, ਇਸੇ ਤਰ੍ਹਾਂ 8 ਜਗ੍ਹਾ ਸੁਨਿਸ਼ਚਿਤ ਕੀਤੀਆਂ ਗਈਆਂ ਨੇ। 8 ਜਗ੍ਹਾ ਦੇ ਉੱਤੇ 9 ਹਲਕੇ ਨੇ, ਯਾਨੀ ਕਿ 9 ਹਲਕਿਆਂ ਦੀ ਗਿਣਤੀ 8 ਏਰੀਆ ਜਗ੍ਹਾਵਾਂ ਦੇ ਉੱਤੇ ਹੋਏਗੀ। ਇੱਕ ਜਗ੍ਹਾ ਦੇ ਉੱਤੇ 2 ਹਲਕਿਆਂ ਦੀ ਇਕੱਠੀ ਗਿਣਤੀ ਹੋਏਗੀ। ਇਕੱਠੀ ਹੋਏਗੀ ਮਤਲਬ ਇੱਕ ਕਮਰੇ 'ਚ ਦੂਸਰੇ ਕਮਰੇ, ਇੱਕ ਹਾਲ 'ਤੇ ਦੂਜੇ ਹਾਲ ਦੇ ਵਿੱਚ ਹੋਏਗੀ, ਇਸੇ ਤਰ੍ਹਾਂ ਇਕੱਠੀ ਹੋਏਗੀ। ਸੋ ਇਸ ਤਰ੍ਹਾਂ 9 ਹਲਕਿਆਂ ਦੀ ਗਿਣਤੀ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਮੈਂ ਦੱਸਣਾ ਚਾਹਾਂਗਾ 8 ਵਜੇ ਸ਼ੁਰੂ ਹੋ ਕੇ ਗਿਣਤੀ ਦੇ ਬਾਅਦ 9 ਵਜੇ ਦੇ ਸਥਿਤੀ ਜਿਹੜੀ ਹੈ ਸਾਫ਼ ਹੋਣੀ ਸ਼ੁਰੂ ਹੋ ਜਾਏਗੀ। ਪਹਿਲਾ ਰੁਝਾਨ ਆ ਜਾਏਗਾ ਕਿ ਪਹਿਲੇ ਕਿਸ ਪਾਰਟੀ ਦੀਆਂ ਵੋਟਾਂ ਜ਼ਿਆਦਾ ਨੇ। ਉਸ ਤੋਂ ਬਾਅਦ ਲਗਾਤਾਰ ਗੇਟ ਚੱਲਦੇ ਰਹਿਣਗੇ, 17 ਗੇਟ ਜਦੋਂ ਖਤਮ ਹੋਣਗੇ ਉਸ ਤੋਂ ਪਹਿਲੇ ਹੀ ਨਤੀਜਾ ਤਕਰੀਬਨ ਕਲੀਅਰ ਹੋ ਜਾਏਗਾ। 12 ਵਜੇ ਦੇ ਕੋਲ ਸਾਨੂੰ ਇਹ ਪਤਾ ਚੱਲ ਜਾਏਗਾ ਕਿ ਕੌਣ ਜ਼ਿਆਦਾ ਲੀਡ 'ਤੇ ਚੱਲ ਰਿਹਾ ਹੈ ਔਰ ਕੌਣ ਲੀਡ ਦੀ ਘੱਟ ਹੈ। ਸੋ ਸਾਫ਼ ਜਿਹੜੀ ਸਿਚੁਏਸ਼ਨ ਹੈ ਉਹ 3 ਵਜੇ ਤੋਂ 4 ਵਜੇ ਦੇ ਕਰੀਬ ਅਸੀਂ ਸੋਚ ਸਕਦੇ ਹਾਂ ਕਿ ਆ ਜਾਏਗੀ। ਇਸ ਦੇ ਅੰਦਰ EVM ਮਸ਼ੀਨਾਂ ਨੇ ਇੱਕ ਹਾਲ ਦੇ ਵਿੱਚ ਬਣਾਇਆ ਗਿਆ ਹੈ, ਜਿੱਥੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਇੱਕ ਸਟੇਜ ਦੇ ਥੱਲੇ 14 ਮਸ਼ੀਨਾਂ ਰੱਖੀਆਂ ਜਾਣਗੀਆਂ, ਉਹਨਾਂ ਦੀ ਗਿਣਤੀ ਸ਼ੁਰੂ ਹੋਏਗੀ, ਮਸ਼ੀਨ ਖੋਲ੍ਹੀ ਜਾਏਗੀ। ਉਸ ਤੋਂ ਬਾਅਦ ਸਾਰੇ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਏਗੀ ਤਾਂ ਜੋ ਕਿਸੇ ਤਰ੍ਹਾਂ ਦਾ ਸ਼ੰਸ਼ਾ ਨਾ ਰਹੇ। ਇਸ ਤੋਂ ਇਲਾਵਾ CCTV ਕੈਮਰੇ ਜਗ੍ਹਾ 'ਤੇ ਲੱਗੇ ਹੋਏ ਨੇ ਔਰ ਇਹ ਸਾਰੇ ਹੀ ਬੂਥਾਂ ਦੇ ਉੱਤੇ, ਸਾਰੇ ਹੀ ਜਿਹੜੇ ਸਟੇਸ਼ਨਸ ਨੇ ਉਹਨਾਂ ਦੇ ਉੱਤੇ, ਗਿਣਤੀ ਦੇ ਸਟੇਸ਼ਨਸ ਨੇ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਤਾਂ ਕਿ ਚੱਪੇ ਦੇ ਉੱਤੇ ਇਸ ਚੀਜ਼ ਦੀ ਪੈਣੀ ਨਜ਼ਰ ਰੱਖੀ ਜਾਵੇ ਔਰ ਕਿਸੇ ਨੂੰ ਵੀ ਕੋਈ ਇੱਧਰ ਆਉਣ ਦੀ ਇਜਾਜ਼ਤ ਨਹੀਂ ਹੈ। ਜੇ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ, ਇਸ ਸਰੂਪ ਰਾਣੀ ਸਰਕਾਰੀ ਕਾਲਜ ਦੇ ਬਾਅਦ ਜੇ ਪੁਲਿਸ ਤੋਂ ਇਲਾਵਾ ਹੋਰ ਕੋਈ ਅਜਿਹਾ ਬੰਦਾ ਨਹੀਂ ਨਜ਼ਰ ਆ ਰਿਹਾ ਜਿਹਦੇ ਨਾਲ ਕੋਈ ਤੁਹਾਨੂੰ ਲੱਗੇ ਕਿ ਕੋਈ ਕਿ ਇੱਥੇ ਆ ਕੇ ਕੋਈ ਉਪਦਰਵ ਮਚਾਉਣਾ ਜਾਂ ਕੋਈ ਸੈਲੀਬ੍ਰੇਸ਼ਨ ਹੈ, ਉਹ ਹਜੇ ਕਿਸੇ ਨੂੰ ਵੀ ਅਲਾਓ ਨਹੀਂ ਕੀਤਾ ਜਾਏਗਾ। ਸੋ ਥੋੜ੍ਹੀ ਹੀ ਦੇਰ ਬਾਅਦ ਇਹ ਕੰਮ ਸ਼ੁਰੂ ਹੋ ਜਾਏਗਾ ਔਰ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ। ਪੂਰੇ ਦੇਸ਼ ਦੇ ਵਿੱਚ 7 ਫੇਜ਼ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ। 7ਵੇਂ ਗੇਟ ਦੇ ਵਿੱਚ ਪੰਜਾਬ ਤੋਂ ਇਲਾਵਾ ਹੋਰ ਹਿਮਾਚਲ ਔਰ ਕੁਝ ਸੂਬੇ ਸਨ ਜਿਨ੍ਹਾਂ ਦੇ ਵਿੱਚ ਵੋਟਾਂ ਪਈਆਂ ਸਨ ਔਰ ਉਸ ਤੋਂ ਬਾਅਦ 4 ਤਰੀਕ ਨੂੰ, ਯਾਨੀ ਕਿ ਅੱਜ
ਇਸ ਦੀ ਗਿਣਤੀ ਪੂਰੇ ਹਿੰਦੁਸਤਾਨ ਦੇ ਵਿੱਚ ਸ਼ੁਰੂ ਹੋ ਜਾਏਗੀ। ਜਿਹੜੀ ਗਿਣਤੀ ਹੈ 8 ਵਜੇ ਸ਼ੁਰੂ ਹੋ ਜਾਏਗੀ ਔਰ ਇਸ ਦੇ ਸਪਸ਼ਟ ਨਤੀਜੇ ਜਿਹੜੇ ਨੇ 3 ਤੋਂ 4 ਵਜੇ ਦੇ ਕੋਲ ਆਉਣ ਦੀ ਸੰਭਾਵਨਾ ਹੈ ਔਰ ਇੱਕ ਤੈਅ ਹੋ ਜਾਏਗਾ ਕਿਸ ਪਾਰਟੀ ਨੂੰ ਲੋਕਾਂ ਵੱਲੋਂ ਫਤਵਾ ਦਿੱਤਾ ਗਿਆ ਹੈ, ਕਿਹੜੀ ਪਾਰਟੀ ਦੀ ਮੈਜੋਰਟੀ ਹੈ, ਉਹ ਪਾਰਟੀ ਦੇਸ਼ ਦੇ ਉੱਤੇ ਫਿਰ ਆਪਣੀ ਸਰਕਾਰ ਬਣਾਏਗੀ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।